ਸਰਸਾ ਨਦੀ ਦੇ ਕਿਨਾਰੇ ਪਰਿਵਾਰ ਵਿਛੋੜੇ ਵਾਲੀ ਜਗ੍ਹਾ ਸਤਿਗੁਰਾਂ ਦਾ ਪਰਿਵਾਰ ਵਿਛੜ ਗਿਆ। ਵੱਡੇ ਸਾਹਿਬਜ਼ਾਦੇ ਗੁਰੂ ਸਾਹਿਬਜ਼ੀਆਂ ਦੇ ਨਾਲ, ਛੋਟੇ ਸਾਹਿਬਜ਼ਾਦੇ ਮਾਤਾ ਗੁਜਰ ਕੌਰ ਜੀਆਂ ਦੇ ਨਾਲ ਇਸੇ ਤਰ੍ਹਾਂ ਹੀ ਗੁਰੂ ਕੇ ਮਹਿਲ ਅਲੱਗ ਹੋ ਗਏ। ਸਰਸਾ ਪਾਰ ਕਰਦੇ ਬਹੁਤ ਸਾਰੇ ਸਿੱਖ ਸਰਸਾ ਦੇ ਬੜੇ ਤੇਜ਼ ਵਹਾਅ ਦੇ ਵਿੱਚ ਖੜ ਵੀ ਗਏ, ਬੜਾ ਭਾਰਾ ਨੁਕਸਾਨ ਹੋਇਆ। ਸਾਰੀਆਂ ਕਸਮਾਂ ਛੱਡ ਕੇ ਵੈਰੀ ਦਲ ਨੇ ਹਮਲਾ ਕਰ ਦਿੱਤਾ। ਕੁਰਾਨ ਸ਼ਰੀਫ ਦੀਆਂ ਕਸਮਾਂ, ਗਊਆਂ ਦੀਆਂ ਕਸਮਾਂ ਸਭ ਤਿਆਗ ਦਿੱਤੀਆਂ, ਸਭ ਛੱਡ ਦਿੱਤੀਆਂ। ਕਲੰਗੀਆਂ ਵਾਲੇ ਪਾਤਸ਼ਾਹ ਨੇ ਸਭ ਜ਼ਫ਼ਰਨਾਮੇ ਦੇ ਅੰਦਰ ਅੰਕਿਤ ਕੀਤਾ ਹੈ। ਨਾ ਸਾਜ਼ੋ ਨਾ ਬਾਜ਼ੋ ਫੌਜੋ ਨਾ ਫਰਸ਼, ਖੁਦਾ ਬੰਦ ਬਖਸ਼ਿੰਦ ਹੈ ਐਸ਼ ਅਰਸ਼। ਜੇ ਅਕਾਲ ਪੁਰਖ ਵੱਲ ਹੋਵੇ ਕੋਈ ਸਾਜੋ ਸਮਾਨ ਨਹੀਂ ਰਿਹਾ, ਅਨੰਦਪੁਰ ਦੇ ਸੁੱਖ ਨਹੀਂ ਰਹੇ। ਅਕਾਲ ਪੁਰਖ ਦਾ ਭਾਣਾ ਮੰਨਣ ਦਾ ਸੰਦੇਸ਼ ਸਤਿਗੁਰਾਂ ਨੇ ਦਿੱਤਾ। ਸੋ ਭੈੜੇ ਸਰਸਾ ਤੇ ਵਿਛੋੜਾ ਪੈ ਗਿਆ ਗੁਰੂ ਜੀ ਦੇ ਪਰਿਵਾਰ ਦਾ। ਸਰਸਾ ਤੇ ਵਿਛੋੜਾ ਪੈ ਗਿਆ ਗੁਰੂ ਜੀ ਦੇ ਪਰਿਵਾਰ ਦਾ। ਸਰਸਤੇ